ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਸ ਨੇ ਕਿਹਾ ਕਿ ਭਾਰਤ ਦੱਖਣੀ ਅਫਰੀਕਾ ਅਤੇ ਹੋਰ ਖੇਤਰਾਂ ਵਿੱਚ ਚੱਲੀ ਕੋਵਿਡ ਦੀ ਨਵੀਂ ਹਨੇਰੀ ਦੌਰਾਨ ਅਸੀਂ ਲੋਕਾਂ ਨੂੰ ਅੱਖਾਂ ਸਾਹਮਣੇ ਸਾਹਾਂ ਲਈ ਤੜਪਦੇ ਦੇਖਿਆ। ਗੁਟੇਰੇਸ ਨੇ ਚੇਤਾਵਨੀ ਦਿੱਤੀ ਹੈ ਕਿ ਮਹਾਮਾਰੀ ਹਲੇ ਵੀ ਸਾਡੇ ਆਲੇ ਦੁਆਲੇ ਹੈ, ਵੱਧ ਰਹੀ ਹੈ ਅਤੇ ਰੂਪ ਵਟਾ ਰਹੀ ਹੈ। ਆਲਮੀ ਸਿਖਰ ਸੰਮੇਲਨ ਵਿੱਚ ਉਹਨਾਂ ਕਿਹਾ ਕਿ ਉਹ ਮਹਾਮਾਰੀ ਦੀ ਸ਼ੁਰੂਆਤ ਵਿੱਚ ਹੀ ਚੇਤਾਵਨੀ ਦਿੰਦੇ ਰਹੇ ਨੇ ਕਿ ਜਦ ਤੱਕ ਸਾਰੇ ਸੁਰੱਖਿਅਤ ਨਹੀਂ ਹੋਣਗੇ ਕੋਈ ਵੀ ਸੁਰੱਖਿਅਤ ਨਹੀਂ ਹੋਏਗਾ। ਵੈਕਸੀਨ, ਟੈਸਟ, ਦਵਾਈਆਂ ਅਤੇ ਸਪਲਾਈ ਤੱਕ ਪਹੁੰਚ ਸਾਰਿਆਂ ਦੀ ਇੱਕੋ ਜਿਹੀ ਨਹੀਂ ਰਹੀ। ਆਕਸੀਜਨ ਦੀ ਕਮੀ ਨੇ ਗਰੀਬ ਮੁਲਕਾਂ ਨੂੰ ਵਾਇਰਸ ਦੇ ਰਹਿਮ ਤੇ ਛੱਡ ਦਿੱਤਾ। ਗੁਟੇਰੇਸ ਨੇ ਜ਼ੋਰ ਦੇ ਕੇ ਕਿਹਾ ਕਿ ਪੂਰੀ ਦੁਨੀਆ ਵਿੱਚ ਟੀਕਾਕਰਨ ਹੀ ਮਹਾਮਾਰੀ ਤੇ ਲਗਾਮ ਕੱਸਣ ਦਾ ਇੱਕੋ ਇੱਕ ਤਰੀਕਾ ਹੈ। ਇਸ ਦੇ ਨਾਲ ਹੀ ਉਹਨਾਂ ਜਾਣਕਾਰੀ ਦਿੰਦੇ ਦੱਸਿਆ ਕਿ ਦੁਨੀਆ ਵਿੱਚ ਹੁਣ ਤੱਕ ਤਿਆਰ ਹੋਏ 82% ਵੈਕਸੀਨ ਅਮੀਰ ਮੁਲਕਾਂ ਨੇ ਖਰੀਦੇ ਨੇ ਤੇ ਸਿਰਫ 0.3% ਵੈਕਸੀਨ ਹੀ ਗਰੀਬ ਮੁਲਕਾਂ ਤੱਕ ਪਹੁੰਚੀ ਹੈ। ਗੁਟੇਰੇਸ ਨੇ ਮੁੱਢ ਸੱਦਾ ਦਿੱਤਾ ਹੈ ਕਿ G20 ਮੁਲਕ ਇੱਕ ਟਾਸਕ ਫੋਰਸ ਬਣਾਉਣਗੇ ਜਿੱਥੇ ਸਾਰੇ ਮਿਲ ਕੇ ਵੈਕਸੀਨ ਉਤਪਾਦਨ ਸਮਰੱਥਾ ਵਧਾਉਣ ਲਈ ਕੰਮ ਕਰਨ।